ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੀਤੇ ਦਿਨਾਂ ਦੇ ਵਿੱਚ ਪੀਣ ਵਾਲੇ ਪਾਣੀ ਦੇ ਕੁਝ ਸੈਂਪਲ ਇਕੱਠੇ ਕੀਤੇ ਗਏ। ਸਾਲ ਦੀ ਪਹਿਲੀ ਛਮਾਈ ਦੇ ਵਿੱਚ ਇਕੱਠੇ ਕੀਤੇ ਗਏ ਇਹਨਾਂ 45 ਸੈਂਪਲਾਂ ਦੇ ਵਿੱਚੋਂ 33 ਪੀਣ ਵਾਲੇ ਪਾਣੀ ਦੇ ਸੈਂਪਲ ਜਿਹੜੇ ਨੇ ਉਹ ਫੇਲ ਆਏ ਨੇ, ਯਾਨੀ ਕਿ ਉਹ ਪਾਣੀ ਪੀਣ ਦੇ ਯੋਗ ਨਹੀਂ। ਜੇਕਰ ਪਹਿਲੀ ਛਮਾਈ ਦੀ ਗੱਲ ਕਰੀਏ ਤਾਂ ਇਸ ਵਕਤ ਜਿੱਥੇ ਖੜ੍ਹੇ ਹਾਂ ਇਹ ਮੇਨ ਜਲ ਘਰ ਹੈ, ਤਾਂ ਇੱਥੋਂ ਦਾ ਸੈਂਪਲ ਵੀ ਫੇਲ ਪਾਇਆ ਗਿਆ। ਹਾਲਾਂਕਿ ਦੂਸਰੀ ਛਮਾਈ ਦੇ ਵਿੱਚ ਇਹ ਸੈਂਪਲ ਜਿਹੜਾ ਉਹ ਪਾਸ ਹੋ ਗਿਆ। ਪਰ ਜੇਕਰ ਕਾਰਨਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਜਲ ਘਰ ਮੁਕਤਸਰ ਹੈ, ਚਾਹੇ ਉਹ ਜਲ ਘਰ ਹੋਰ ਥਾਵਾਂ ਦੇ ਨੇ। ਇਸ ਤੋਂ ਇਲਾਵਾ ਬਹੁਤ ਸਾਰੇ ਪਬਲਿਕ ਪਲੇਸਿਸ ਜਿੱਥੇ ਅਸੀਂ ਆਮ ਤੌਰ ਦੇ ਉੱਤੇ ਨਲਕੇ ਆਦਿ ਤੋਂ ਜਿਹੜਾ ਉਹ ਪਾਣੀ ਪੀ ਲੈਂਦੇ ਹਾਂ। ਕਈ ਵਾਰ ਇਹ ਕਿ ਉਹ ਨਲਕਾ ਜਿਹੜਾ ਨਹਿਰ ਕਿਨਾਰੇ ਲੱਗਿਆ ਹੋਇਆ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਸੋਰਸਿਸ ਜਿਹੜੇ ਨੇ ਉਹ ਜਿੱਥੋਂ ਅਸੀਂ ਪਾਣੀ ਪੀਂਦੇ ਹਾਂ, ਤਾਂ ਇਹ ਸੈਂਪਲ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਸਬੂਤ ਨੇ ਕਿ ਹਰ ਜਗ੍ਹਾ ਹਰ ਇੱਕੋ ਟੂਟੀ ਜਾਂ ਹਰ ਇੱਕੋ ਨਲਕਾ ਜੋ ਰਸਤੇ 'ਚ ਲੱਗਿਆ ਹੋਇਆ ਉਸਦਾ ਪਾਣੀ ਪੀਣ ਦੇ ਯੋਗ ਹੋਵੇਗਾ, ਇਹ ਜ਼ਰੂਰੀ ਨਹੀਂ। 45 ਦੇ ਵਿੱਚੋਂ 33% ਜਿਹੜੇ 33 ਸੈਂਪਲ ਜਿਹੜੇ ਫੇਲ ਆਉਣਾ, ਇਹ 73% ਦੀ ਰੇਸ਼ੋ ਬਣਦੀ ਆ, ਯਾਨੀ ਕਿ 73% ਅਜਿਹਾ ਪਾਣੀ। ਵੱਡੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਬਹੁਤੇ RO ਸਿਸਟਮ ਜਿਹੜੇ ਲੱਗੇ ਸੀ ਉਹ ਬੰਦ ਹੋ ਗਏ ਨੇ, ਉਹ ਬੰਦ ਪਏ ਨੇ ਕਿਸੇ ਨਾ ਕਿਸੇ ਕਾਰਨ ਕਰਕੇ। ਇਸ ਤੋਂ ਇਲਾਵਾ ਬਹੁਤ ਹੋਰ ਜਗ੍ਹਾ ਜਿੱਥੋਂ ਸੈਂਪਲ ਲੈ ਗਏ ਤਾਂ ਉੱਥੇ ਕਲੋਰਨਾਈਜ਼ਡ ਕਰਨ ਦੀ ਸਲਾਹ ਦਿੱਤੀ ਗਈ। ਜਾਂ ਜਲ ਘਰ ਦੇ ਵਿੱਚੋਂ ਜਿੱਥੋਂ ਪਹਿਲਾਂ ਸੈਂਪਲ ਲੈ ਗਏ ਤਾਂ ਉੱਥੇ ਇਹ ਗੱਲ ਕਹੀ ਗਈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਪਾਣੀ ਨੂੰ ਫਿਲਟਰ ਕਰਦੇ ਹਾਂ ਸੈਂਡ ਦੇ ਨਾਲ, ਬਜਰੀ ਦੇ ਨਾਲ, ਉਸ ਤਰ੍ਹਾਂ ਜ਼ਰੂਰੀ ਹੈ। ਉਸ ਤੋਂ ਬਾਅਦ ਕੁਝ ਸੈਂਪਲ ਜਿਹੜੇ ਅਗਲੀ ਛਮਾਈ ਦੇ ਵਿੱਚ ਪਾਸ ਵੀ ਹੋਏ, ਪਰ ਇਹ ਜਿਹੜੀ ਪਹਿਲੀ ਛਮਾਈ ਦੇ ਸੈਂਪਲ ਆ ਜਿਹਦੇ ਵਿੱਚ ਕਰੀਬ 73% ਇਸ ਜ਼ਿਲ੍ਹੇ ਦੇ ਸੈਂਪਲ ਜਿਹੜੇ ਆ ਉਹ ਪੀਣ ਵਾਲੇ ਪਾਣੀ ਦੇ ਅਯੋਗ ਪਾਏ ਗਏ, ਇੱਕ ਸੋਚਣ ਦਾ ਵਿਸ਼ਾ ਹੈ। ਅਤੇ ਇਹ ਕਿਤੇ ਨਾ ਕਿਤੇ ਸਾਨੂੰ ਵੀ ਸੁਚੇਤ ਕਰਦਾ ਹੈ ਕਿ ਹਰ ਇੱਕ ਜਗ੍ਹਾ 'ਤੇ ਲੱਗੀ ਟੂਟੀ ਜਾਂ ਨਲਕੇ ਦਾ ਪਾਣੀ ਪੀਣ ਦੇ ਯੋਗ ਨਹੀਂ ਹੁੰਦਾ। ਜਿਹੜੇ ਜੁਲਾਈ ਦੇ ਮਹੀਨੇ 'ਚ ਅਸੀਂ ਸੈਂਪਲ ਭੇਜੇ ਸੀਗੇ ਉਹ ਤਕਰੀਬਨ ਠੀਕ ਆਏ ਆ, ਉਸ ਤੋਂ ਪਹਿਲਾਂ ਵਾਲੇ ਕਾਫੀ ਫੇਲ ਆਏ ਸੀਗੇ। ਪੀਣ ਅਯੋਗ ਪਾਇਆ ਗਿਆ ਸੀ ਪਾਣੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਕਾਫੀ ਜਗ੍ਹਾ 'ਤੇ। ਜਿਹੜਾ ਮਾੜਾ ਪਾਣੀ ਹੈ ਉਹਦੇ ਨਾਲ ਆਪਾਂ ਨੂੰ ਟਾਈਫਾਇਡ, ਹੈਪੇਟਾਈਟਸ ਏ, ਇਸ ਤਰ੍ਹਾਂ ਦੀ ਬਿਮਾਰੀਆਂ, ਡਾਇਰੀਆ, ਡਾਇਸੈਂਟਰੀ, ਇਹਨਾਂ ਰੋਗਾਂ ਤੋਂ ਆਪਾਂ ਗ੍ਰਸਿਤ ਹੋ ਸਕਦੇ ਹਾਂ। ਅਤੇ ਇਹਦੀ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਹੈ ਜਿਹੜਾ ਉਹ ਸਾਫ਼ ਸੁਥਰਾ ਪੀਤਾ ਜਾਏ। ਇਹਦੇ 'ਚ ਕੁਝ ਪ੍ਰੋਸੈਸਿਸ ਵਾਟਰ ਵਰਕਸ 'ਚ ਹੁੰਦੇ ਆ ਜਿਹੜੇ ਕਿ ਅਗਰ ਅੱਛੀ ਤਰ੍ਹਾਂ ਉਹ ਫੋਲੋ ਕੀਤੇ ਜਾਣ ਤਾਂ ਪਾਣੀ ਪੀਣ ਯੋਗ ਹੋ ਸਕਦਾ। ਉਹਦੇ 'ਚ ਇਹਨਾਂ ਕੋਲ ਸੈਂਡ, ਗ੍ਰੈਵਲ ਫਿਲਟਰਸ ਹੁੰਦੇ ਆ, ਪਹਿਲਾਂ ਪਾਣੀ ਉਹਨਾਂ ਤੋਂ ਲੰਘਾ ਕੇ ਸ਼ੁੱਧ ਕੀਤਾ ਜਾਂਦਾ, ਫਿਰ ਜਦ ਓਵਰਹੈੱਡ ਟੈਂਕ 'ਚ ਪੰਪ ਕੀਤਾ ਜਾਂਦਾ ਤਾਂ ਉਹਦੇ ਨਾਲ ਕਲੋਰੀਨ ਦੇ ਸਿਲੰਡਰਸ ਅਟੈਚ ਹੋ ਜਾਂਦੇ ਆ, ਤਾਂ ਉਹ ਕਲੋਰੀਨੇਸ਼ਨ ਪਾਣੀ ਦੀ ਹੋ ਜਾਂਦੀ ਹੈ। ਤਾਂ ਜਿਹੜੇ ਨੁਕਸਾਨ ਦੇ ਬੈਕਟੀਰੀਆ ਜਾਂ ਵਾਇਰਸਿਸ ਆ ਉਹ ਖਤਮ ਹੋ ਜਾਂਦੇ ਆ। ਤਾਂ ਇਹ ਅਗਰ ਪ੍ਰੋਸੈਸ ਪੂਰੇ ਫੋਲੋ ਹੋ ਜਾਂਦਾ ਤਾਂ ਪਾਣੀ ਪੀਣ ਯੋਗ ਹੋ ਜਾਂਦਾ। ਆਮ ਲੋਕਾਂ ਨੂੰ ਕੀ ਸਲਾਹ ਦਿਓਗੇ, ਜਿਵੇਂ ਕਿ ਆਪਾਂ ਪਬਲਿਕ ਪਲੇਸਿਸ 'ਤੇ ਟੈਬਸ ਲੱਗੀਆਂ ਦੇਖਦੇ ਹਾਂ ਜਾਂ ਪਾਣੀ ਪੀ ਲੈਂਦੇ ਹਾਂ ਜਾਂ ਕੁਛ ਇਸ ਤਰ੍ਹਾਂ ਦਾ, ਕੀ ਸਲਾਹ ਦਿਓਗੇ ਇਸ ਮਾਮਲੇ ਦੇ ਵਿੱਚ? ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਈ ਮੁਲਕ ਹੈ ਜਿਹੜੇ ਉਹ ਕਲੇਮ ਕਰਦੇ ਆ ਕਿ ਸਾਡਾ ਟੂਟੀਆਂ 'ਚੋਂ ਜਿਹੜਾ ਪਾਣੀ ਵਗਦਾ ਉਹ ਪੀਣ ਯੋਗ ਹੈ, ਪਰ ਮੈਂ ਨਹੀਂ ਸਮਝਦਾ ਕਿ ਸਾਡੇ ਮੁਲਕ 'ਚ ਕੋਈ ਵੀ ਸੂਬਾ ਜਾਂ ਸੂਬਾ ਸਰਕਾਰ ਇਹ ਕਲੇਮ ਕਰ ਸਕਦੀ ਹੈ ਕਿ ਜਿਹੜਾ ਟੂਟੀਆਂ 'ਚੋਂ, ਮਿਊਨਿਸਪਲ ਟੈਪਸ 'ਚੋਂ ਪਾਣੀ ਆ ਰਿਹਾ ਉਹ ਪੀਣ ਯੋਗ ਹੈਗਾ। ਤਾਂ ਇਹ ਇਸ ਚੀਜ਼ ਬਾਰੇ ਮੈਨੂੰ ਲੱਗਦਾ ਹੈ ਕਿ ਆਮ ਲੋਕ ਸਾਰੇ ਹੀ ਸੋਸ਼ੀਓ ਇਕਨੋਮਿਕ ਸਟੇਟਸ ਦੇ ਜਾਗਰੂਕ ਨੇ। ਤੁਸੀਂ ਜਗ੍ਹਾ ਜਗ੍ਹਾ 'ਤੇ ਦੇਖਦੇ ਹੋ RO ਵਾਟਰ ਦੇ ਪਲਾਂਟਸ ਲੱਗੇ, ਹਰ ਗਲੀ 'ਚ ਪਲਾਂਟ ਹੈ,
ਉਹਦਾ ਕਾਰਨ ਵੀ ਇਹੀ ਹੈ ਕਿ ਲੋਕ ਅਵੇਅਰ ਨੇ ਪਾਣੀ 'ਚ ਕੋਈ ਦਿੱਕਤ ਹੈਗੀ ਹੈ। ਜਿਵੇਂ ਕਈ ਜਗ੍ਹਾ 'ਤੇ ਪਾਈਪਾਂ ਪੁਰਾਣੀਆਂ ਹੋ ਚੁੱਕੀਆਂ, ਸੀਵੇਜ ਅਤੇ ਡਰਿੰਕਿੰਗ ਵਾਟਰ ਮਿਕਸ ਹੋ ਜਾਂਦੇ ਨੇ, ਤਾਂ ਉੱਥੇ ਪਾਈਪਾਂ ਰਿਪਲੇਸ ਜਦ ਹੋ ਜਾਣਗੀਆਂ, ਜਦੋਂ ਵੀ ਆਉਣ ਵਾਲੇ ਸਮੇਂ 'ਚ ਹੋ ਜਾਣਗੀਆਂ, ਉਹ ਪਾਣੀ ਦੀ ਕੁਆਲਿਟੀ ਬਿਹਤਰ ਹੋ ਜਾਏਗੀ। ਉਹਨਾਂ ਚਿਰ ਆਪਾਂ ਨੂੰ ਕੋਈ ਨਾ ਕੋਈ ਪ੍ਰੀਕੋਸ਼ਨ ਲੈਣੀ ਚਾਹੀਦੀ ਹੈ। ਅਗਰ ਕੋਈ ਆਊਟਬ੍ਰੇਕ ਹੋ ਜਾਂਦੀ ਹੈ, ਕਿਤੇ ਜ਼ਿਆਦਾ ਕੇਸਿਸ ਆ ਜਾਂਦੇ ਆ ਕਿਸੇ ਗਲੀ ਮੁਹੱਲੇ 'ਚ ਜਾਂ ਪਿੰਡ 'ਚ, ਤਾਂ ਉੱਥੇ ਅਸੀਂ ਬੋਇਲਿੰਗ ਦੀ ਸਲਾਹ ਦਿੰਦੇ ਹਾਂ, ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀ ਲਿਆ ਜਾਏ। ਅਦਰਵਾਈਜ਼ ਉਸ ਏਰੀਏ ਦੇ ਲੋਕ ਇਸ ਗੱਲ ਤੋਂ ਜਾਣੂ ਹੁੰਦੇ ਆ ਵੀ ਆਹ ਜਿਹੜਾ ਵਾਟਰ ਸੋਰਸ ਹੈ ਇਹ ਸੇਫ ਹੈ ਜਾਂ ਇਹ ਨਹੀਂ ਹੈ, ਔਰ ਆਪਾਂ ਕੀ ਮਈਅਰਸ ਲੈਣੇ। ਆਪਾਂ ਪਹਿਲਾਂ ਡਿਸਕਸ ਕੀਤਾ ਜਿਵੇਂ ਕਿ RO ਹੈ ਜਾਂ ਹੋਰ ਇਸ ਤਰ੍ਹਾਂ ਦੇ। ਜਿੱਥੋਂ ਫੇਲ ਆਉਂਦੇ ਸੈਂਪਲ, ਫਿਰ ਆਪਾਂ ਉਹਨਾਂ ਨੂੰ ਖਾਸ ਹਦਾਇਤ ਕੋਈ ਦਿੰਦੇ ਹੈਗੇ ਨਾਲ ਨਾਲ? ਅਸੀਂ ਹਦਾਇਤ ਦਿੰਦੇ ਹਾਂ ਜੀ, ਅਗਰ ਉਹ ਵਾਟਰ ਵਰਕਸ ਦਾ ਸੈਂਪਲ ਲਿਆ ਗਿਆ ਤਾਂ ਕਲੋਰੀਨੇਸ਼ਨ ਉੱਥੇ ਜ਼ਿਆਦਾ ਮਿਕਦਾਰ 'ਚ ਕੀਤੀ ਜਾ ਸਕਦੀ ਹੈ, ਉਹਦੇ ਨਾਲ ਪਾਣੀ ਸੇਫ ਹੋ ਜਾਂਦਾ। ਔਰ ਆਪਣੇ ਜਿਹੜੇ ਫਿਲਟਰਸ ਵਗੈਰਾ ਹੁੰਦੇ ਆ, ਗ੍ਰੈਵਲ ਅਤੇ ਸੈਂਡ ਫਿਲਟਰਸ, ਉਹਨਾਂ ਦੀ ਵੀ ਮੇਨਟੇਨੈਂਸ ਅਗਰ ਅੱਛੀ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਪਾਣੀ ਦੀ ਕੁਆਲਿਟੀ 'ਚ ਸੁਧਾਰ ਹੋ ਜਾਂਦਾ।